ਸਸਰੀਕਾਲ ਜੀ, ਗੁੱਡ ਮਾਰਨਿੰਗ ਜੀ। ਲਓ ਜੀ ਲਾਈਵ ਤਸਵੀਰਾਂ ਦੇਖੋ, ਬੋਲਮੇਨ ਪਾਰਕ ਨਿਊਜ਼ੀਲੈਂਡ। ਆ ਭਾਈ ਉਹਨਾਂ ਦਾ ਸਟਾਲ ਦਿਖਾਣਾ ਹੈ ਤੁਹਾਨੂੰ ਮੈਂ। ਏਦਾਂ ਦੇ ਦੁਕਾਨਾਂ ਲੱਗੀਆਂ ਹੋਈਆਂ ਇੱਥੇ ਪੂਰੀਆਂ, ਆਨੰਦਪੁਰ ਮੇਲੇ ਵਾਲੀਆਂ ਯਾਦਾਂ ਆਉਂਦੀਆਂ। ਮੇਲਾ ਲੁੱਟੋ, ਦਿਲਾਂ 'ਚ ਵਸਾਓ। ਭਾਜੀ ਹੁਣੇ ਲਾਇਆ ਹੋਇਆ ਸਟਾਲ ਆਪਣਾ, ਜੇ ਕਿਸੇ ਨੇ ਵੀ ਫੋਟੋ ਵਗੈਰਾ ਲੈਣੀਆਂ ਨਾ ਇੱਥੋਂ ਆਓ ਅਤੇ ਲੈ ਕੇ ਜਾਓ, ਡਿਸਕਾਊਂਟ ਮਿਲੂਗਾ ਪੂਰਾ ਤੁਹਾਨੂੰ। ਆ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ। ਕੜੇ ਵੀ ਮਿਲ ਜੂਗੇ ਆਪ ਜੀ ਨੂੰ ਇੱਥੇ। ਕੜੇ ਵਗੈਰਾ ਸਾਰੇ ਕੁਛ ਹੈਗੇ ਆ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਗੁਰੂ ਤੇਗ ਬਹਾਦਰ ਜੀ, ਦਸਵੇਂ ਪਾਤਸ਼ਾਹ ਦੀ ਫੋਟੋਆਂ, ਗੋਲਡਨ ਟੈਂਪਲ। ਭਾਜੀ ਕਿਹੜਾ ਐਡਰੈਸ ਆ ਆਪਣਾ ਕੋਲ ਸਟੋਲ ਦਾ? ਸ਼ਾਲੀ ਰੋਡ 'ਤੇ, ਟ੍ਰੇਨ ਸਟੇਸ਼ਨ ਦੇ ਉੱਪਰ, ਸਟੇਸ਼ਨ ਰੋਡ ਦਾ ਸ਼ਾਲੀ ਰੋਡ, ਠੀਕ ਆ ਠੀਕ ਆ ਜੀ। ਪਾਪਾ ਤੇ ਰੋਟੀ ਅਤੇ ਸ਼ੱਕਰ ਵਗੈਰਾ ਕੀ ਕੀ ਕਹਿੰਦੇ ਸੀਗੇ ਤੁਸੀਂ? ਦੱਸਦੇ ਸੀ ਮੈਨੂੰ, ਦੇ ਸ਼ੱਕਰ ਮਿਲਦੀ ਦੇਸੀ? ਸਾਡੀ ਸ਼ੱਕਰ ਆਉਂਦੀ ਹੈ ਜੀ, ਬਿਲਕੁਲ ਔਰਗੈਨਿਕ ਹੁੰਦੀ ਹੈ, ਕੋਈ ਕਲਰ ਨਹੀਂ ਹੁੰਦਾ, ਅਤੇ ਮਾਰਕੀਟ ਨਾਲੋਂ ਬਿਲਕੁਲ ਜੈਨੂਅਨ ਪ੍ਰਾਈਸ 'ਤੇ ਮਿਲੇਗੀ। ਅਸੀਂ 2 ਕਿਲੋ ਸ਼ੱਕਰ ਸੈਲ ਕਰਦੇ ਹਾਂ, 10 ਸੌ ਰੁਪਏ ਸਾਡੀ ਵਿਕਰੀ ਹੈ। ਡਾਊਟ ਕਲਾ ਪਿਓਰ ਸ਼ੱਕਰ, ਅਗਰ ਤੁਸੀਂ ਟੇਸਟ ਕਰਨੀ ਹੈ ਤਾਂ ਤੁਸੀਂ ਨਾਮ ਕੇ ਵਿੱਚ ਕਰ ਲਓ। ਠੀਕ ਹੈ ਜੀ ਭਾਜੀ, ਅਤੇ ਹੋਰ ਇੱਥੇ ਅੱਜ ਫੋਟੋਆਂ ਦੀ ਗੈਲਰੀ ਲਾਈ ਆ ਜੀ, ਅਤੇ ਇਹਦੇ ਵਿੱਚ ਕੀ ਆਪ ਜੀ ਡਿਸਕਾਊਂਟ ਦਿਓਗੇ, ਕੋਈ ਆਪਣੀ ਕਮਿਊਨਿਟੀ ਆਊਗੀ ਤਾਂ? ਆਲਰੇਡੀ ਬਹੁਤ ਡਿਸਕਾਊਂਟਿਡ ਪ੍ਰਾਈਸਿਸ 'ਤੇ ਹੈਗੇ, ਵੱਡੀ ਫੋਟੋ ਅਸੀਂ ਸੈਲ ਕਰਦੇ ਹਾਂ ਜੀ $160 ਦੀ। ਤੁਸੀਂ ਪੂਰੇ ਔਕਲੈਂਡ, ਪੂਰੇ ਨਿਊਜ਼ੀਲੈਂਡ 'ਚ ਚੈੱਕ ਕਰ ਲਓ, ਇਸ ਸਾਈਜ਼ ਦੀ ਫੋਟੋ ਤੁਹਾਨੂੰ ਇਸ ਪ੍ਰਾਈਸ 'ਤੇ ਨਹੀਂ ਮਿਲੇਗੀ। ਕਾਫੀ ਵੱਡਾ ਸਾਈਜ਼ ਹੈ ਨਾ? ਵੱਡਾ ਸਾਈਜ਼ ਹੈ ਜੀ, 1.2 ਮੀਟਰ ਦੀ ਲੈਂਥ ਹੋਊਗੀ, ਤੇ ਆਹ ਭਾਵੇਂ ਛੋਟਾ ਸਾਈਜ਼ ਹੈ, $130 ਦੀ ਹੈਗੀ। ਬੜਾ ਸੋਹਣਾ ਮਕਾਨ ਬਣਿਆ ਹੋਇਆ ਆ ਜੀ, ਸ਼ੀਸ਼ਾ ਵਗੈਰਾ ਨਹੀਂ ਨਾ ਲੱਗੇ, ਉਹਦਾ ਚਮਕ ਬਹੁਤ ਹੈ ਜੀ, ਕਰਨਾ ਸਾਰੀ ਲੈਮੀਨੇਸ਼ਨ ਹੈ, ਲੈਮੀਨੇਸ਼ਨ ਵਾਲੀ ਲੱਗੇਗਾ, ਤੇ ਫੋਟੋ ਦਾ ਵੇਟ ਬਹੁਤ ਜ਼ਿਆਦਾ ਵੇਟ ਹੋ ਜਾਊਗਾ, ਤੇ ਇੱਥੇ ਦੀ ਵਾਲਸ ਦੇ ਅਕੋਰਡਿੰਗ ਘੱਟ, ਜਿੰਨਾ ਘੱਟ ਵੇਟ ਹੋ ਇੰਨਾ ਵਧੀਆ ਜੀ। ਠੀਕ ਹੈ, ਇਸ ਕਰਕੇ ਅਸੀਂ ਲੈਮੀਨੇਸ਼ਨ ਕਰਵਾਈ ਦੀ ਹੈ, ਲੁੱਕ ਬਿਲਕੁਲ ਸ਼ੀਸ਼ੇ ਵਾਲੀ ਆਉਂਦੀ ਹੈ ਬਟ ਸ਼ੀਸ਼ਾ ਨਹੀਂ ਹੈਗਾ। ਹਾਂਜੀ ਸਹੀ ਹੈ ਭਾਅ ਜੀ, ਥੈਂਕ ਯੂ ਭਾਅ ਜੀ, ਹਾਂ ਜੀ ਦਾ। ਲਓ ਜੀ ਭਾਅ ਜੀ ਉਹਨਾਂ ਨੇ ਦੱਸਿਆ ਆਪ ਜੀ ਨੂੰ ਕੀ ਹੈਗਾ ਇੱਥੇ, ਅਤੇ ਆਓ ਜ਼ਰੂਰ ਆਓ, ਅਤੇ ਇਹਨਾਂ ਦਾ ਅੱਜ ਸਟੋਲ ਲੱਗਿਆ ਹੋਇਆ ਇੱਥੇ, ਲੈ ਕੇ ਜਾਓ ਤੁਸੀਂ ਖਰੀਦ ਕੇ। ਤੇ ਉਧਰ ਲਾਈਵ ਚੱਲਦਾ ਪਿਆ, ਹਾਂਜੀ 160 ਇਹਦਾ ਭਾਈ ਹੈਗਾ, 160 ਆ, $130 ਦੀ ਆ ਵਾਲੀ, ਹਾਂਜੀ $130 ਦੇ ਵੱਡੇ ਕੜੇ, ਠੀਕ ਹੈ ਜੀ, $5 ਦੇ ਛੋਟੇ ਕੜੇ, $5 ਦੇ ਛੋਟੇ, ਸਭ ਦੱਸ ਠੀਕ ਹੈ ਜੀ, ਸਹੀ ਆ। ਕਿਉਂਕਿ ਆ ਇੰਨੇ ਪ੍ਰਾਈਜ਼ ਦੇ ਵਿੱਚ ਤਾਂ ਜੇ ਆਪਾਂ ਓਵਰਸੀਜ਼ ਤੋਂ ਕੋਰੀਅਰ ਵੀ ਮੰਗਾਵਾਂਗੇ ਨਾ, ਤਾਂ ਵੀ ਕੋਰੀਅਰ ਦੇ ਚਾਰਜਸ ਜ਼ਿਆਦਾ ਪੈ ਜਾਣੇ, ਉਹਦੇ ਵਿੱਚ ਫਿਰ ਵੀ ਸ਼ੋਰ ਨਹੀਂ ਹੋਣਾ ਕਿ ਫੋਟੋ। ਆਹ ਗੱਡੀ 'ਚ ਹੈਂਗ ਕਰ ਸਕਦੇ ਹਾਂ ਮੂਹਰੇ ਨਾ, ਅਤੇ ਉਹ ਵੀ ਹੈਗੇ ਭਾਅ ਜੀ, ਉਹਨਾਂ ਕੋਲ ਆਪਸ਼ਨਾਂ ਬਹੁਤ ਜ਼ਿਆਦੀਆਂ ਆ ਆਪਸ਼ਨਾਂ, ਤੁਸੀਂ ਇੱਥੇ ਆਓ, ਆ ਕੇ ਚੈੱਕ ਜ਼ਰੂਰ ਕਰੋ ਇੱਕ ਵਾਰ, ਅਤੇ ਦੱਸਿਓ ਜੇ ਮੇਰੀ ਵੀਡੀਓ ਦੇਖ ਕੇ ਆਉਂਗੇ ਤਾਂ ਭਾਅ ਜੀ ਉਹਨਾਂ ਨੂੰ ਦੱਸਿਓ ਸਪੈਸ਼ਲ ਤੁਹਾਨੂੰ ਫੋਟੋ 'ਤੇ ਡਿਸਕਾਊਂਟ ਮਿਲੂਗਾ $5, ਠੀਕ ਹੈ ਭਾਅ ਜੀ? ਮਿਲੂ ਡਿਸਕਾਊਂਟ ਦੇ ਨਹੀਂ ਭਾਅ ਜੀ, ਸੋਚਣ ਲੱਗ ਪਏ ਭਾਅ ਜੀ, ਕਹਿੰਦੇ ਆਲਰੇਡੀ ਪਹਿਲੇ ਡਿਸਕਾਊਂਟ 'ਤੇ ਸਾਰੀਆਂ ਚੀਜ਼ਾਂ ਨਾ, ਹੋਰ ਡਿਸਕਾਊਂਟ ਔਖਾ ਹੋ ਜਾਣਾ ਜਦੋਂ, ਅਤੇ ਕਮਿਊਨਿਟੀ ਵਾਸਤੇ ਹੀ ਹੈ ਸਪੈਸ਼ਲ ਜਿੱਦਾਂ ਇੰਨੇ ਪ੍ਰਾਈਜ਼ ਦੇ ਵਿੱਚ, ਕਿਉਂਕਿ ਮਟੀਰੀਅਲ ਬਹੁਤ ਜ਼ਿਆਦਾ ਵਧੀਆ ਹੈਗਾ। ਉਹ ਤੀਰਥ ਭਾਈ ਹੁਣੀ ਵੀ ਆ ਗਏ ਇੱਧਰ, ਉਹ ਘੁੰਮਦੇ ਪਏ ਆ ਨਾਲੇ, ਖੁਸ਼ੀ ਦੰਗਲ ਵੀ ਆਏ ਹੋਏ ਮੇਲਾ ਦਾ ਘੁੰਮਦੇ ਪਏ ਉਹਨਾਂ ਨਾਲੇ, ਖੁਸ਼ੀ ਦੰਗਲ ਭਾਜੀ ਹੁਣੀ, ਖੁਸ਼ੀ ਦੁੱਗਾ, ਇੱਥੇ ਉਹ ਦੀਦੀ ਹੁਣੀ ਆ ਸਮਾਰਟ ਵਾਚਸ ਵੇਚਦੇ ਪਏ ਆ। ਸਤਿ ਸ਼੍ਰੀ ਅਕਾਲ ਜੀ,
ਕਾਹਦੇ ਨਾਲ ਚੱਲਦਾ ਹੈ? ਸੋਲਰ ਚੱਲਦਾ ਨਾ? ਇਹ ਕਿੰਨੇ ਦਾ ਹੈ ਵਾਲਾ? $15 ਦਾ ਜੀ। ਵਧੀਆ ਹੈ, ਲੱਖਾਂ ਲੈ ਕੇ ਆਇਆ ਇੰਡੀਆ ਤੋਂ ਲੈ ਕੇ ਆਇਆ ਲੱਖਾਂ ਹੁਣ ਗਿਆ ਸੀ। ਹਾਂਜੀ ਗੱਡੀ ਦੇ ਮੋਹਰੇ ਤਾਂ ਲਾ ਦੋ, ਇੱਦਾਂ ਹਿੱਲ ਹੀ ਆਉਣਾ ਹੈ ਧੁੱਪ ਨਾ। ਹਾਂਜੀ ਅੱਛਾ ਗੱਡੀ ਹਾਂਜੀ ਦੁੱਗਾ ਭਾਜੀ ਇੱਧਰ ਦੇਖੋ ਆਪਣੇ ਪੰਜਾਬ ਦੀ ਸ਼ਾਨ ਸਾਰੇ ਘੁੰਮ ਰਹੇ ਇੱਥੇ, ਪੰਜਾਬ ਦੀ ਸ਼ਾਨ। ਜੋਰੇ ਆਇਆ ਫਿਰ ਆਉਂਦੇ ਆ ਪਹੁੰਚੇ ਹੋਏ ਨੇ ਸਾਰਿਆਂ ਨੂੰ ਤੁਸੀਂ ਕਹਿ ਕੇ ਇੱਥੇ ਲੈ ਕੇ ਆਓ ਕਿ ਭਾਈ ਆਓ ਆਪਾਂ ਭਾਈ ਕੀ ਵੇਚ ਰਹੇ ਆਪ ਜੀ? ਅੱਛਾ ਬਣਾ ਕੇ ਵੇਚ ਰਹੇ ਹਾਂ? ਨਹੀਂ ਬਣਾ ਕੇ ਆਪਾਂ ਕੁਛ ਨਹੀਂ ਵੇਚ ਰਹੇ ਜੀ, ਆਪਾਂ ਫਾਈਨੈਂਸ ਕੰਪਨੀ ਆ, ਵੀ ਡੀਲ ਵਿੱਚ। ਓ ਅੱਛਾ ਅੱਛਾ, ਸਹੀ ਹੈ, ਐਸੈਟ ਫਾਈਨੈਂਸ ਜੇ ਤੁਸੀਂ ਕਰ ਲੈਣਾ, ਜੇ ਕੋਈ ਫਾਈਨੈਂਸ ਚਾਹੀਦਾ ਫਿਰ ਦੱਸੋ ਆਪਾਂ ਨੂੰ, ਠੀਕ ਹੈ ਨਾ, ਥੋੜੀ ਹੈਲਪ ਕਰਾਂਗੇ ਪੂਰੀ। ਦੱਸ ਦਿਓ ਭਾਈ ਆਪਣਾ ਨਾਮ ਵਗੈਰਾ ਦੱਸ ਦਿਓ ਵੀਡੀਓ 'ਚ ਜੀ। ਸਾਡਾ ਕੰਪਨੀ ਦਾ ਨਾਮ ਹੈਗਾ ਕੈਪੀਟਲ ਫਾਈਨੈਂਸ, ਠੀਕ ਹੈ। ਮੈਜੋਰਟੀ ਆਫ ਅਸ ਆਪਾਂ ਹੈਗੇ ਹਾਂ ਐਕਸ ਬੈਂਕਰਸ, ਠੀਕ ਹੈ ਨਾ। ਆਪਾਂ ਡੀਲ ਕਰਦੇ ਹਾਂ ਹੋਮ ਲੋਨ, ਬਿਜ਼ਨਸ ਲੋਨ, ਕਮਰਸ਼ੀਅਲ ਲੋਨ, ਕਾਰ, ਟਰੱਕ, ਮਸ਼ੀਨਰੀ, ਕਿਸੇ ਵੀ ਤਰ੍ਹਾਂ ਦਾ ਫਾਈਨੈਂਸ। ਕਮਰਸ਼ੀਅਲ ਕਰਦੇ ਹਾਂ ਮਤਲਬ? ਅਸੀਂ ਕਮਰਸ਼ੀਅਲ ਵੀ ਹੋਮ ਲੋਨ ਵੀ, ਹੋਮ ਰੈਸੀਡੈਂਸ ਵੀ। ਘੱਟ ਤੋਂ ਘੱਟ ਜਿਹੜੇ ਆਪਣੇ ਨਵੇਂ ਵੀ ਇਨਵੈਸਟਰ ਆ ਹੋਮ ਲੈਟਰ 'ਤੇ ਚੜ੍ਹਨਾ ਚਾਹੁੰਦੇ ਆ, ਠੀਕ ਹੈ, 5% ਡਿਪੋਜ਼ਿਟ ਤੋਂ, ਠੀਕ ਹੈ, ਹੋਮ ਲੋਨ ਸਟਾਰਟ ਹੋ ਜਾਂਦੇ 5-10-20। ਜਨਰਲੀ ਆਪਣੇ ਕਮਿਊਨਿਟੀ 'ਚ ਇਹ ਹੈ ਕਿ 20% ਡਿਪੋਜ਼ਿਟ ਹੋਣਾ ਚਾਹੀਦਾ ਆਪਾਂ ਹੈਗੇ, ਬਟ 5% 'ਤੇ ਮਜੋਰਟੀ ਆਫ ਦਾ ਲੋਨ ਫਸਟ ਹੋਮ ਬਾਇਰ ਜਿਹੜੇ ਹੈਗੇ ਆਪਣੇ, ਠੀਕ ਹੈ, 5% ਡਿਪੋਜ਼ਿਟ 'ਤੇ ਹੋ ਰਹੇ ਆ, ਅਤੇ ਬੜੇ ਆਸਾਨੀ ਨਾਲ ਲੋਨ ਹੋ ਰਹੇ ਆ। ਇਹ ਵੀ ਨਹੀਂ ਕਿ ਨਵੇਂ ਘਰ ਹੀ ਉਹ 'ਚ ਤੁਸੀਂ ਕੁਆਲੀਫਾਈ ਕਰ ਸਕਦੇ, ਪੁਰਾਣਾ ਘਰ ਵੀ ਉਹ 'ਚ ਲੈ ਸਕਦੇ। ਹਾਂਜੀ ਉਦੋਂ ਬਿਨਾਂ ਕਾਰ ਲੋਨ, ਟਰੱਕ, ਆਪਣੇ ਟਰੱਕਾਂ ਵਾਲੇ ਵੀਰ ਬੜੇ ਆਪਣੇ ਹੈਗੇ ਪੰਜਾਬੀ, ਜਿੰਨਾ ਬਿਜ਼ਨਸ ਹੈਗੇ ਆ ਕਾਫੀ ਆਪਣੇ ਨਾਲ ਜੁੜੇ ਹੋਏ ਆ, ਠੀਕ ਹੈ, ਟਰੱਕ ਲੋਨ, ਮਸ਼ੀਨਰੀ ਲੋਨ, ਕੰਸਟਰਕਸ਼ਨ ਦੀ ਕੋਈ ਮਸ਼ੀਨਰੀ ਚਾਹੀਦੀ ਹੈ, ਸੋ ਕਿਸੇ ਤਰੀਕੇ ਦੇ ਵੀ ਕੋਈ ਵੀ ਲੋਨ ਦੀ ਹੈਲਪ ਚਾਹੀਦੀ ਆ, ਠੀਕ ਹੈ, ਕੈਪੀਟਲ ਫਾਈਨੈਂਸ 'ਚ, ਠੀਕ ਹੈ, ਆਪਣੀ ਟੀਮ 6 ਬੰਦੇ ਦੀ ਟੀਮ ਆ, ਠੀਕ ਹੈ ਨਾ, ਵੀ ਸੋ ਗੋਇੰਗ, ਠੀਕ ਹੈ ਨਾ, ਵੀ ਹੈਲਪ ਕਰਾਂ। ਨੰਬਰ ਭਾਈ ਦੱਸ ਦਿਓ ਆਪ ਜੀ ਦਾ? ਜੀ ਸਾਡਾ ਨੰਬਰ ਹੈਗਾ 027-59-000, 027-59-000। ਠੀਕ ਹੈ, ਆਨਲਾਈਨ ਹੈ ਸਰਵਿਸ ਹੈ ਕਿ ਇੱਦਾਂ ਕੋਈ? ਆਨਲਾਈਨ ਸਰਵਿਸ ਵੀ ਆਪਾਂ ਆਲ ਅਰਾਊਂਡ ਦੇ ਕੰਟਰੀ ਕਰ ਰਹੇ ਹਾਂ, ਠੀਕ ਹੈ ਨਾ, ਅਤੇ ਆਪਣੇ ਹੋਰ ਚੀਜ਼ ਵੀ ਹੈਗੀ, ਠੀਕ ਹੈ, ਆਪਾਂ ਟੀਮਸ 'ਤੇ ਮੀਟਿੰਗ ਕਰਕੇ, ਠੀਕ ਹੈ, ਜਿਹੜੇ ਕਸਟਮਰ ਨਹੀਂ ਅਵੇਲੇਬਲ ਹੈਗਾ ਆਪਣੇ ਸਪੇਸ ਮੀਟਿੰਗ ਲਈ, ਠੀਕ ਹੈ ਨਾ, ਮਤਲਬ ਠੀਕ ਓਵਰਸੀਜ਼ ਵਾਇਰ ਮਤਲਬ ਲੈ ਸਕਦਾ ਪ੍ਰੋਪਰਟੀ ਇੱਥੇ ਕੋਈ? ਡੈਫੀਨੇਟਲੀ ਆਪਣੇ ਕਾਫੀ ਕਸਟਮਰ ਬੇਸ, ਠੀਕ ਹੈ, ਓਵਰਸੀਜ਼ ਇਨਵੈਸਟਰਸ ਜਿਹੜੇ ਹੈਗੇ ਆ, ਠੀਕ ਹੈ, ਉਹਨਾਂ ਨਾਲ ਵੀ ਕਾਫੀ ਡੀਲ ਕਰੀਦਾ, ਅਤੇ ਕਸਟਮਰ ਨਾਲ ਆਪਣੇ ਕਾਫੀ ਸਾਊਥ ਆਫ ਅਫਰੀਕਾ ਤੋਂ, ਕ੍ਰਾਈਸਟਚਰਚ ਤੋਂ, ਇਨਵਰਟਾ ਕਰਦੇ, ਕਾਫੀ ਆਪਣੇ ਕਰਦੇ, ਮਤਲਬ ਆਲ ਅਰਾਊਂਡ ਹੈਗੇ ਆ। ਧੰਨਵਾਦ ਜੀ। ਥੈਂਕ ਯੂ ਭਾਜੀ। ਮੇਰੇ ਭਾਈ ਉਹਨਾਂ ਨੇ ਦੱਸੀ ਆਪਣੀ ਇਨਫੋਰਮੇਸ਼ਨ ਸਾਰੀ ਦਿੱਤੀ ਆ, ਜੇ ਕਿਸੇ ਨੇ ਸਪੈਸ਼ਲ ਜਿਹੜੇ ਫਸਟ ਟਾਈਮ ਵਾਇਰ ਆ ਨਾ ਉਹਨਾਂ ਲਈ ਵਧੀਆ ਚੀਜ਼ ਆ, ਅਤੇ ਆਪ ਜੀ ਭਾਜੀ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ, ਨੰਬਰ ਹੈਗਾ ਭਾਜੀ ਉਹਨਾਂ ਦਾ, ਅਤੇ ਸਪੈਸ਼ਲ ਆਪਣੇ ਵੀ ਕੋਈ ਮਿੱਤਰ ਹੈਗੇ ਸੱਜਣ ਜਿਹੜੇ ਪੁੱਛਦੇ ਹੁੰਦੇ ਨਾ ਕਿ ਆਪਾਂ ਪਹਿਲਾਂ ਘਰ ਲੈਣਾ ਆ, ਲੋਨ ਕਰਾਉਣਾ, ਕਰਾ ਕੇ ਦੋਨਾਂ, ਅਤੇ ਭਾਜੀ ਉਹਨਾਂ ਨਾਲ ਕੰਟੈਕਟ ਕਰੋ ਤੁਸੀਂ, ਅਤੇ ਡੈਫੀਨੇਟਲੀ ਤੁਹਾਨੂੰ ਵਧੀਆ ਸਰਵਿਸ ਮਿਲੂਗੀ। ਓਕੇ ਵੱਧਦੇ ਹਾਂ। ਹੈਲੋ, ਸੋ ਯੂ ਫ੍ਰੋਮ ਚਰਚ? ਪਰਸਨਲ ਇੰਸ਼ੋਰੈਂਸ। ਸੋ ਦਾ ਸੇਮ ਸਟਾਲ ਔਰ ਡਿਫਰੈਂਟ? ਡਿਫਰੈਂਟ ਸਟਾਲ। ਸੋ ਕਮ ਅਸ਼ੋਰ ਡੈਮ, ਦਿਸ ਇਜ਼ ਮਾਈ ਵਨ ਆਫ ਦ ਵਾਈਫ, ਸ਼ੀ ਡਸ ਸਪੈਸ਼ਲ ਇੰਸ਼ੋਰੈਂਸ, ਸੋ ਇਫ ਯੂ ਨੀਡ ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਇਨਵੈਸਟਮੈਂਟ, ਐਂਡ ਸੀ ਵਾਟ ਯੂ ਨੀਡ। ਓਕੇ, ਸੋ ਵਾਟਸ ਸਕੈਨ ਦ ਕਿਊ ਆਰ ਕੋਡ, Bag in safe, 200 voucher. Yeah, everything expensive at the moment. Yeah, right. This stage, yeah. Help is $200, like. And anybody takes out a policy, he'll get $100 voucher as well. Thank you. Any address? Is there address? Website? Yeah. They just search Nikki Cavishaw on Facebook and Instagram. Facebook. So, you know the page, hai ga, Facebook te bhi hai ga, ya te... ਵੈਬਸਾਈਟ ਵੀ ਹੈਗੀ www.covershow.co.nz ਵੀ ਹੈਗਾ, ਉਹ ਕੰਟੈਕਟ ਨੰਬਰ ਇਹਨਾਂ ਦਾ, ਅਤੇ ਜੇ ਤੁਹਾਨੂੰ ਕੋਈ ਵੀ ਇੰਸ਼ੋਰੈਂਸ ਵਗੈਰਾ ਕਰਾਉਣੀ, ਘਰ ਦੀ ਇੰਸ਼ੋਰੈਂਸ ਕਰਾਉਣੀ ਆ, ਅਤੇ ਪਰਸਨਲ ਇੰਸ਼ੋਰੈਂਸ ਕਰਾਉਣੀ, ਕਾਰ ਦੀ ਇੰਸ਼ੋਰੈਂਸ ਕਰਾਉਣੀ, ਇਹਨਾਂ ਨਾਲ ਮਿਲ ਸਕਦੇ ਆ ਜੀ। ਠੀਕ ਹੈ ਜੀ, ਧੰਨਵਾਦ।
Thank you. Thank you. डिजाइन एंड बिल्ड सब सब डिवीजन सत श्री अकाल वीरे अजय भाई उन्होंने इतने ये है जिदा कहते होंगे आर्कीटेक्चर आर्कीटेक्चर करते ना भाई उन्हें तो की भाजी करते हैं जी मैप बनाने प्रॉपर्टी का मैप तो घर बिल्ड बना के दें सर्वे कराना किसी भाजी सब तो पहला स्टेप हो गया एक ऐसा होता भाई ऑलरेडी घर बने होंगे जिदा बट उन्होंने की किया होंगे या प्लैन लैके उन्होंने बिल्ड कर लिया होंगे सर्वे नहीं सर्वे नहीं कराया होंगे तो वो की कर सकते भाई आप करा सकते हैं ਕਰਾਸ ਲੀਜ਼ ਹੁੰਦੀ ਆ ਉਹਦੇ ਵਿੱਚ ਜੇ ਕਰਾਉਣਾ ਹੋਵੇ ਫਿਰ ਨਹੀਂ ਕਰਾ ਸਕਦੇ ਸਰਵੇ ਪਰਮਿਸ਼ਨ ਚਾਹੀਦੀ ਆ ਜਿਹੜੇ ਵੀ ਕ੍ਰੋਸ ਲੀਜ਼ ਦੇ ਸੈਕਸ਼ਨ ਹੋਣਗੇ ਯੂਨਿਟਾਂ ਹੋਣਗੀਆਂ ਪਰਮਿਸ਼ਨ ਚਾਹੀਦੀ ਹੋਊਗੀ ਵੀ ਅਸੀਂ ਆਹ ਕਰਾਉਣਾ ਆ ਫਿਰ ਉਹ ਤੁਹਾਨੂੰ ਕੰਸੈਂਟ ਦੇਣਗੇ ਵੀ ਆਹ ਹੋ ਗਿਆ ਉਹ ਮਤਲਬ ਹੋ ਜਾਊਗਾ ਬਟ ਕਿ ਪਰਮਿਸ਼ਨ ਚਾਹੀਦੀ ਹੈ ਨੇਵਰਸ ਠੀਕ ਹੈ ਜੀ ਧੰਨਵਾਦ ਭਾਈ ਆਪ ਜੀ ਦਾ ਬਹੁਤ ਬਹੁਤ ਇੰਨੀ ਇਨਫੋਰਮੇਸ਼ਨ ਦੱਸਣ ਵਾਸਤੇ ਕੋਈ ਵੀਡੀਓ ਦੇਖੂਗੇ ਤਾਂ ਫਿਰ ਦੱਸੂਗਾ ਸੋਚੂਗਾ ਕਿ ਕਰਾਉਣਾ ਕਿ ਨਹੀਂ ਕਰਾਉਣਾ ਨਾ कोई बंदे इंग्लिश करके नहीं पुछदे किसी नूं कि इंग्लिश दी प्रॉब्लम आ गई आ गई ना मल्टीपल बंदे हुंदे आ जिद्दां सर्वेयर हो गया तुसीं गल कीती फिर बिल्डिंग आर्किटेक्ट हो गया सिविल इंजीनियर हो गया ते सारे ना फिर किन्ना ही कुछ हुंदा भाजी किन्ना कुछ प्लानर हो गया ना ते सारे मिलके काम करदे हो फिर लोकी जिंदे केड़ा इदां मत्था बने अच्छा तुसीं फिर आ देख्या भाई उहने ते गल्लां सुणियां फ्रेंडली गल्लां करदे पूरियां आओ फिर स्टोनिक सोम दे विच आओ थानू इको छत ते थले सारा कुछ मिल जाना थानू कोई इधर उधर जाने की लोड़ नहीं पैनी आ भाई उन्होंने सारे प्रोजेक्ट बनाए हुए हैं सारे अपने भाई उन्होंने आ ड्रॉइंग वगैरह सारा ए टू जेड करते भाई उन्हें थानू ना कौंसल से जाना पैना ना थानू लॉयर से जाना पैना आ किसी से नहीं जाना पैना सिर्फ तो भाजी उन्होंने को आना पैना एक बार तो आके चाह पीनी पैनी आल बह के टोकानी पैनी है जी ठीक है जी हाँ जी तो प्लस इन्हें मिला था प्राइज वगैरह भी देंगे एंट्री उंट्री के हाँ जी तो मिलो भाई उन्होंने आके तो मैं एक बार कार्ड उन्हें दिखा दिना आप जी ने फोटो भाई उन्होंने सोने सोन तैयार पेन भी रखे हुए भाजी उन्हें नाल न्याणे भी नाल लिया सकते हैं तो हों बेबी सिटिंग की प्रॉब्लम हो घरें तो न्याणा भी चक लिया नाल ही थैंक यू भाई आप जी का बहुत बहुत धन्यवाद इंडियन सुपर लीग वाले यार
ਬੀ ਐਂਡ ਜ਼ੈਡ ਬੈਂਕ ਠੀਕ ਠਾਕ ਹਾਂਜੀ ਭਾਜੀ ਉਹਨਾਂ ਨੂੰ ਮਿਲੋ ਇੱਦਾਂ ਸਤਿ ਸ਼੍ਰੀ ਅਕਾਲ ਅੱਛਾ ਦੇਸ਼ਪਾਲ ਦੇਸ਼ਪਾਲ ਜੀ ਤੇ ਆਪਣੇ ਵਜੇ ਬੀ ਐਂਡ ਜ਼ੈਡ ਤੋਂ ਹਾਂਜੀ ਅਸੀਂ ਬੀ ਐਂਡ ਜ਼ੈਡ ਤੋਂ ਕੋਈ ਵੀ ਕਿਸੇ ਵੀ ਕਸਟਮਰ ਦੀ ਕੋਈ ਕੁਆਰੀ ਹੋਵੇ ਹੋਮ ਲੋਨ ਬਾਰੇ ਅਸੀਂ ਹਾਜ਼ਰ ਹਾਂ ਹੈਲਪ ਕਰਨ ਵਾਸਤੇ ਠੀਕ ਹੈ ਹੋਰ ਕਿਸੇ ਵੀ ਤਰ੍ਹਾਂ ਦਾ ਬੈਂਕਿੰਗ ਨੀਡਸ ਦਾ ਹੋਣ ਕਿਸੇ ਦੀਆਂ ਵੀ ਆਰ ਆਲਵੇਸ ਅਵੇਲੇਬਲ ਫੋਨ ਨੰਬਰ 0219209760 ਭਾਈ 0219135536 ਠੀਕ ਹੈ ਭਾਈ ਨੂੰ ਪਤਾ ਪੁੱਛਣਾ ਪਹਿਲੇ ਦੱਸ ਲਓ ਭਾਈ ਉਹਨਾਂ ਨੂੰ ਮਿਲੋ ਦੇਖੋ ਹੱਸ ਕੁਛ ਬੰਦੇ ਆ ਪੂਰੇ ਅਤੇ ਪੰਜਾਬੀ 'ਚ ਗੱਲ ਕਰ ਸਕਦੇ ਕੋਈ ਪ੍ਰੋਬਲਮ ਨਹੀਂ ਹੈਗੀ ਇੱਧਰ ਭਾਈ ਹੁਣੀ ਇੱਕ ਨਾਲ ਬੈਠੇ ਆ ਅਤੇ ਇਹ ਵੀ ਹੈਗੇ ਜਿੱਦਾਂ ਇਹਨਾਂ ਨੂੰ ਵੀ ਕੰਟੈਕਟ ਕਰ ਸਕਦੇ ਆਪ ਜੀ ਅਤੇ ਆਪਣਾ ਕੋਈ ਸਪੈਸ਼ਲ ਕੋਈ ਬ੍ਰਾਂਚ ਵਿੱਚ ਹੁੰਦੇ ਹੈਗੇ ਭਾਜੀ ਇੱਦਾਂ ਨਹੀਂ ਅਸੀਂ ਜਿੱਥੇ ਕਹੋ ਉੱਥੇ ਮਿਲ ਸਕਦੇ ਹਾਂ ਹਾਂਜੀ ਮੋਬਾਈਲ ਹੈ ਅਸੀਂ ਟਿਕਟਾਂ ਬਣਾ ਦੇ ਟਿਕਟਾਂ ਸਪੈਸ਼ਲ ਲੱਗੇ ਹੋਏ ਆ ਤੇ ਔਕਲੈਂਡ ਤੋਂ ਸਿੱਧਾ ਅੰਮ੍ਰਿਤਸਰ ਜਾਂਦਾ ਬ੍ਰੈਸਟ ਕੈਂਸਰ ਫਾਊਂਡੇਸ਼ਨ ਸੋਰੀ I'm just making video. Okay. Breast cancer? Yeah, breast cancer. But it's an education thing for women of all ages because we teach breast awareness as well as what cancer looks like and what cancer feels okay. like. If we meet anybody today who's had breast cancer, we can give them advice where to find the things they need or help if they need it. Yeah. So it's lovely to be here in this community today. Yeah, community day. Yes. So what's here like? So I'm doing breast cancer awareness. Awareness, okay. Yeah, and so just making sure people know signs of breast cancer. Okay. Yeah. So like this sign, this one? A dimple. Dimple. Rash. Oh, rash. Redness. Okay. Puckering, leaking, or a nipple that goes in instead of facing out of it. Very important. And men get it as well. Men can get breast cancer too. They can get breast cancer too as many as 25 per year. ਹੈਲੋ ਇਹਨਾਂ ਦੇ ਫਾਊਂਡੇਸ਼ਨ ਇਹਨਾਂ ਦੀ ਫਾਊਂਡੇਸ਼ਨ ਹੈ ਇੱਥੇ ਬ੍ਰੈਸਟ ਕੈਂਸਰ ਦੀ ਅਤੇ ਆਪ ਜੀ ਔਨਲਾਈਨ ਜਾ ਕੇ ਨਾ ਜਿਹੜੇ ਵੀ ਮਤਲਬ ਜਿਹਨਾਂ ਨੂੰ ਨਹੀਂ ਕੁਛ ਪਤਾ ਹੈਗਾ ਮੋਸਟਲੀ ਜਿਹੜੇ ਜੀ ਪੀ ਡਾਕਟਰ ਹੁੰਦੇ ਆ ਉਹ ਸਾਰਾ ਕੁਝ ਪ੍ਰੋਵਾਈਡ ਕਰਾਉਂਦੇ ਹੁੰਦੇ ਆ ਬਟ ਤੁਸੀਂ to educate and to help people when they're actually being diagnosed. Okay. ਤੇ ਆਹ ਵਾਲੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ। Yeah. So if nobody know the like the English language problem, then we'll figure something out. We'll get interpreters in. Interpreter provide. Yeah. No one's ever alone. Yeah. Yeah. That's good. Thank you. You're welcome. Yeah. Have a nice day. Thank you, buddies. Thank you. Yeah. Yeah. Yeah, tell already, yeah. Explain everything. Thank you. So, ji, uncle bana di photo. Uncle ji, unhi bhi aaya ji.
ਆ ਫੋਰਡ ਖੜਾ ਜੀ ਆਪਣਾ 3600 ਫੋਰਡ ਮੁਹੰਮਦ ਪੁਰੀਆ ਉਹ ਮੇਰਾ ਭਾਈ।